ਮੁਸਕਾਨ ਹੈ ਅਤੇ ਮੈਂ ਗੌਰਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਸਰਹੰਦ ਮੰਡੀ ਤੋਂ ਹਾਂ। ਮਤਲਬ ਵਧੀਆ ਲੱਗਿਆ ਵੀ ਅਲੱਗ ਅਲੱਗ ਜਿਵੇਂ ਮਾਡਲਸ ਆਏ ਹੋਏ ਆ ਉਰੇ, ਸਾਰਿਆਂ ਨੂੰ ਦੇਖ ਕੇ ਵੀ ਕੁਛ ਨਾ ਕੁਛ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੀ ਹੈ। ਜਿਵੇਂ ਆਪਣਾ ਅੱਜ ਕੱਲ੍ਹ ਵਾਟਰ ਵੀ ਬਹੁਤ ਜ਼ਿਆਦਾ ਵੇਸਟ ਹੋ ਰਿਹਾ ਅਤੇ ਜਿਹੜੀ ਹੈ ਆਪਣੀ ਜਿਹੜੀ ਅਰਥ ਦਾ ਜਿਹੜਾ ਟੈਂਪਰੇਚਰ ਹੈ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ, ਤਾਂ ਆਪਾਂ ਐਵੇਂ ਦੇ ਰਿਫਲੈਕਟਰਸ ਵਗੈਰਾ ਯੂਜ਼ ਕਰਕੇ ਇਸ ਨੂੰ ਘਟਾ ਸਕਦੇ ਹਾਂ ਅਤੇ ਆਪਾਂ ਵਾਟਰ ਨੂੰ ਵੀ ਐਵੇਂ ਦੇ ਮੈਥਡਸ ਯੂਜ਼ ਕਰਕੇ ਆਪਾਂ ਵਾਟਰ ਕੰਜ਼ਰਵੇਸ਼ਨ ਕਰ ਸਕਦੇ ਵੀ ਇਸ ਤਰ੍ਹਾਂ, ਤਾਂ ਕਿ ਪਾਣੀ ਜਿਹੜਾ ਹੈ ਉਹ ਵੇਸਟ ਨਾ ਹੋਵੇ। ਜ਼ਿਲ੍ਹਾ ਪੱਧਰ ਦੀ ਹੋ ਰਹੀ ਆ, ਅੱਜ ਸ਼ੁਰੂ ਹੋਈ ਆ, ਕੱਲ੍ਹ ਨੂੰ ਵੀ ਚੱਲੇਗੀ, ਕੱਲ੍ਹ ਨੂੰ ਸਾਡੀ ਕਲੋਜ਼ਿੰਗ ਸੈਰੇਮਨੀ ਆ। ਅੱਜ ਇਹਦੇ ਵਿੱਚ 5 ਜਿਹੜੇ ਸਕੂਲ ਨੇ ਉਹ ਨਾਟਕ ਲੈ ਕੇ ਆਏ ਨੇ ਅਤੇ 108 ਜਿਹੜੇ ਮਾਡਲ ਨੇ ਸਾਡੇ ਕੋਲ ਆਏ ਨੇ। ਉਹਨਾਂ ਦੇ ਵਿਸ਼ੇ ਹੈਗੇ ਨੇ ਜ਼ਿਆਦਾਤਰ ਪੋਲਿਊਸ਼ਨ, ਹੈਲਥ ਅਤੇ ਐਕਸੀਡੈਂਟਾਂ ਤੋਂ ਬਚਾਓ, ਰੋਡ ਸੇਫਟੀ ਬਾਰੇ, ਅਤੇ ਇਹ ਚੀਜ਼ਾਂ ਲੈ ਕੇ ਆਏ ਨੇ। ਅਤੇ ਹੁਣੇ 2 ਮੈਂ ਨਾਟਕ ਹਾਲੇ ਦੇਖ ਚੁੱਕੀ ਹਾਂ, 3 ਨਾਟਕ ਬਾਕੀ ਨੇ ਅਤੇ ਇਹਦੇ ਵਿੱਚੋਂ ਜਿਹੜੀਆਂ ਫਸਟ ਸੈਕੰਡ ਥਰਡ ਸਾਡੀਆਂ ਪੁਜੀਸ਼ਨਾਂ ਆਉਣਗੀਆਂ, ਉਹ ਬੱਚੇ ਜਿਹੜੇ ਆ ਸਟੇਟ ਦੀ ਪ੍ਰਦਰਸ਼ਨੀ 'ਚ ਭਾਗ ਲੈਣਗੇ। ਉਹ ਪ੍ਰਦਰਸ਼ਨੀ ਸਾਡੀ 12, 13, 14 ਦਸੰਬਰ ਨੂੰ ਮੋਹਾਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਆਡੀਟੋਰੀਅਮ ਦੇ ਵਿੱਚ ਹੋ ਰਹੀ ਆ। ਉਮੀਦ ਕਰਦੇ ਹਾਂ ਜਿਸ ਤਰ੍ਹਾਂ ਨੇ ਬੱਚਿਆਂ ਨੇ ਅਤੇ ਅਧਿਆਪਕਾਂ ਨੇ ਮਿਹਨਤ ਕੀਤੀ ਹੈ, ਤਾਂ ਅਸੀਂ ਜ਼ਰੂਰ ਸਟੇਟ ਦੇ ਵਿੱਚੋਂ ਚੰਗੀਆਂ ਪੁਜੀਸ਼ਨਾਂ ਹਾਸਲ ਜਿਹੜੀਆਂ ਕਰਾਂਗੇ। ਮਾਤਾ ਗੁਜਰੀ ਸਰਕਾਰੀ ਸੀਨੀਅਰ ਸਕੂਲ ਵਿਖੇ ਜ਼ਿਲ੍ਹਾ ਪ੍ਰਦਰਸ਼ਨੀ ਲੱਗੀ ਸਾਇੰਸ ਅਤੇ ਮੈਥ ਪ੍ਰਦਰਸ਼ਨੀ, ਅਤੇ ਮੈਂ DO ਮੈਡਮ ਪਰਮਜੀਤ ਕੌਰ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਕੀਮਤੀ ਸਮੇਂ ਵਿੱਚੋਂ ਕੱਢ ਕੇ ਅੱਜ ਇਹ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਕੱਲ੍ਹ ਮਿਤੀ 5/12 ਨੂੰ ਇਸ ਦਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਏਗਾ ਅਤੇ ਜਿਹੜੀਆਂ ਪੁਜੀਸ਼ਨਾਂ ਫਸਟ ਸੈਕਿੰਡ ਆਉਣਗੀਆਂ। ਜ਼ਿਲ੍ਹਾ ਪੱਧਰੀ ਸਾਇੰਸ ਮੈਥ ਪ੍ਰਦਰਸ਼ਨੀ ਇੱਥੇ ਲਗਾਈ ਗਈ ਆ। ਇਹਦੇ ਵਿੱਚ ਜਿਹੜੇ ਆਪਣੇ ਜ਼ਿਲ੍ਹੇ ਦੀਆਂ 4 ਤਹਿਸੀਲਾਂ ਉਹਦੇ 'ਚੋਂ ਫਸਟ ਅਤੇ ਸੈਕਿੰਡ ਪੁਜੀਸ਼ਨ ਲੈਣ ਵਾਲੇ ਬੱਚੇ ਪਾਰਟੀਸਪੇਟ ਕਰ ਰਹੇ ਹਾਂ, ਜੋ ਕਿ ਲਗਭਗ 108 ਮਾਡਲ ਪ੍ਰਦਰਸ਼ਿਤ ਕੀਤੇ ਜਾ ਰਹੇ ਨੇ। ਇਹਨਾਂ ਵਿੱਚੋਂ ਇਹ 6 ਥੀਮ ਸੈਕੰਡਰੀ 'ਚੋਂ ਨੇ, 6ਵੀਂ ਤੋਂ ਲੈ ਕੇ 10ਵੀਂ ਤੱਕ, 6 ਸਬ ਥੀਮ ਸੀਨੀਅਰ ਸੈਕੰਡਰੀ ਨੇ, ਯਾਨੀ ਕਿ ਟੋਟਲ 12 ਬੱਚੇ ਸਿਲੈਕਟ ਹੋਣਗੇ ਹਰ ਇੱਕ ਕੈਟੇਗਰੀ 'ਚੋਂ, ਅਤੇ 12 ਬੱਚੇ ਹੀ ਅੱਗੇ ਸਟੇਟ ਦੇ ਵਿੱਚ ਭਾਗ ਲੈਣਗੇ ਸਟੇਟ ਲੈਵਲ ਦੀ ਸਾਇੰਸ ਪ੍ਰਦਰਸ਼ਨੀ ਵਿੱਚ। ਅਤੇ ਇਸ ਸਾਇੰਸ ਪ੍ਰਦਰਸ਼ਨੀ ਦੇ ਨਾਲ ਅੱਜ ਸਾਇੰਸ ਡਰਾਮਾ ਵੀ ਕਰਵਾਇਆ ਜਾ ਰਿਹਾ, ਜੋ ਕਿ 5 ਟੀਮਾਂ ਪਹੁੰਚੀਆਂ ਨੇ ਸਾਰੇ ਜ਼ਿਲ੍ਹੇ 'ਚੋਂ, ਉਹ ਚੱਲ ਰਿਹਾ, 4 ਟੀਮਾਂ ਪਰਫੋਰਮ ਕਰ ਚੁੱਕੀਆਂ, 1 ਰਹਿ ਗਈ, ਅਤੇ ਕੱਲ੍ਹ ਨੂੰ ਇਸ ਸਾਇੰਸ ਪ੍ਰਦਰਸ਼ਨੀ ਦੇ ਨਾਲ ਹੀ ਸਾਇੰਸ ਮੈਥ ਕੁਇਜ ਕੰਪੀਟੀਸ਼ਨ ਵੀ ਕਰਵਾਇਆ ਜਾਵੇਗਾ, ਜਿਹਦੇ ਵਿੱਚ 6 ਬਲਾਕਸ ਨੇ ਫਤਿਹਗੜ੍ਹ ਸਾਹਿਬ ਦੇ, ਉਹਨਾਂ ਵਿੱਚੋਂ ਫਸਟ ਅਤੇ ਸੈਕਿੰਡ ਜਿਹੜੀ ਆਈ ਹੋਈ ਟੀਮ ਆ ਉਹ ਭਾਗ ਲੈ ਰਹੀ ਆ। ਉਹਦੇ ਵਿੱਚੋਂ ਵੀ ਜਿਹੜੀ ਫਸਟ ਟੀਮ ਆਊਗੀ ਉਹ ਸਟੇਟ ਪੱਧਰੀ ਸਾਇੰਸ ਮੈਥ ਕੁਇਜ਼ 'ਚ ਭਾਗ ਲਵੇਗੀ।